ਜਿਹੜੇ ਬੂਥਾਂ ਤੇ ਬੈਠਣਗੇ, ਜਿਹੜੇ ਪੰਚਾਇਤੀ ਚੋਣ ਲੜਨਗੇ, ਸਾਰਿਆਂ ਨੂੰ ਸ੍ਰੀ ਸਾਹਿਬ ਕਹੂੰਗਾ ਕਿ ਇਹ ਗੁਰੂ ਜੀ ਦੀ ਸ੍ਰੀ ਸਾਹਿਬ ਹੈ ਔਰ ਧੱਕਾ ਨਾ ਆਉਣ ਦਿਓ ਤੁਹਾਨੂੰ ਕਿ ਦੱਬ ਨਾ ਜਾਏ। ਕਾਂਗਰਸ ਦੇ ਸੀਨੀਅਰ ਲੀਡਰ ਹੈਰੀਮਾਨ ਦੇ ਪਿਛਲੇ ਦਿਨੀ ਵਿਵਾਦਿਤ ਬਿਆਨ ਵਾਇਰਲ ਹੋਣ ਤੋਂ ਬਾਅਦ ਹੈਰੀਮਾਨ ਨੇ ਆਪਣਾ ਪੱਖ ਕੈਮਰੇ ਦੇ ਸਾਹਮਣੇ ਰੱਖਿਆ। ਉਹਨਾਂ ਕਿਹਾ ਕਿ ਕੁਝ ਲੋਕ ਉਹਨਾਂ ਦੇ ਬਿਆਨ ਨੂੰ ਗਲਤ ਪੇਸ਼ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਸਟੇਜ ਉੱਤੇ ਬੋਲਣ ਤੋਂ ਪਹਿਲਾਂ ਉਹਨਾਂ ਨੂੰ 19 ਪੰਚਾਇਤਾਂ ਦੇ ਸਰਪੰਚ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨਾਲ ਕਿਸ ਪ੍ਰਕਾਰ ਦਾ ਧੱਕਾ ਹੋਇਆ ਸੀ, ਜਿਸ ਉੱਤੇ ਉਹਨਾਂ ਨੇ ਸਟੇਜ ਉੱਤੇ ਬੋਲਿਆ ਸੀ ਕਿ ਜੋ ਪਿਛਲੇ ਦਿਨੀ ਉਹਨਾਂ ਨੂੰ ਆਦਰ ਦੇ ਰੂਪ ਵਿੱਚ ਸ੍ਰੀ ਸਾਹਿਬ ਦਿੱਤੇ ਗਏ ਨੇ ਉਹ ਪੰਚਾਇਤੀ ਚੋਣਾਂ ਵਿੱਚ ਦੇਣਗੇ, ਜਿਸ ਦਾ ਇਸਤੇਮਾਲ ਲੋਕ ਆਪਣੀ ਸੁਰੱਖਿਆ ਲਈ ਕਰਨਗੇ ਕਿਉਂਕਿ ਗੁਰੂ ਸਾਹਿਬ ਨੇ ਵੀ ਕਿਰਪਾਨ ਨੂੰ ਜੁਰਮ ਦੇ ਖਿਲਾਫ ਚੁੱਕਿਆ ਸੀ। ਇਹਦੇ 'ਚ ਇਸ਼ੂ ਵਾਲੀ ਤਾਂ ਕੋਈ ਗੱਲ ਨਹੀਂ ਸੀ, ਜੇਕਰ ਸਾਰੀ ਮੇਰੀ ਉਹ ਸਪੀਚ ਸੁਣੋ ਤੇ ਉਹਦੇ 'ਚ ਬੜਾ ਸਪਸ਼ਟ ਕਿਹਾ ਗਿਆ ਕਿ ਜਿੰਨੀਆਂ ਪੰਚਾਇਤਾਂ ਜੁਆਇਨ ਕੀਤੀਆਂ ਸੀ 19 ਪੰਚਾਇਤਾਂ ਉਸ ਦਿਨ ਲਈ, ਔਰ 19 ਪੰਚਾਇਤਾਂ ਦੇ ਜਿਹੜੇ ਸਰਪੰਚ ਅਤੇ ਮੈਂਬਰ ਪੰਚਾਇਤ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨਾਲ ਕਿਵੇਂ ਧੱਕਾ ਹੋਇਆ, ਕਿਵੇਂ ਉਹਨਾਂ 'ਤੇ ਪਰਚੇ ਕਰਕੇ, ਕਿਵੇਂ ਉਹਨਾਂ ਦੀਆਂ ਅਤੇ ਆਪਣਾ ਪੁਲਿਸ ਤੋਂ ਡਰਾ ਕੇ ਉਹਨਾਂ ਨੂੰ ਨਾਲ ਲਾਇਆ ਗਿਆ ਸੀ। ਸੋ ਉਹਨਾਂ ਦੇ ਨੁਮਾਇੰਦਿਆਂ ਨੇ ਜਦੋਂ ਸਟੇਜ 'ਤੇ ਗੱਲਾਂ ਆਖੀਆਂ ਕਿ ਸਾਡੇ ਨਾਲ ਬਹੁਤ ਧੱਕਾ ਹੋਇਆ ਤਾਂ ਅਕਾਲੀ ਦਲ ਵੱਲ ਸਾਨੂੰ ਜਾਣਾ ਪਿਆ ਸੀ। ਸੋ ਪੰਚਾਇਤ 'ਚ ਉਹਨਾਂ ਦੀ ਉਹ ਗੱਲ ਉਹਨਾਂ ਨੇ ਕੀਤੀ ਕਿ ਹੁਣ ਨਾ ਸਾਡੇ ਨਾਲ ਕੋਈ ਧੱਕਾ ਹੋਵੇ, ਔਰ ਉਸ ਤੋਂ ਪਹਿਲਾਂ ਜਥੇਬੰਦੀਆਂ ਨੇ ਮੈਨੂੰ ਸ੍ਰੀ ਸਾਹਿਬ ਭੇਂਟ ਕੀਤੀਆਂ ਉੱਥੇ ਕਾਫੀ ਜਥੇਬੰਦੀਆਂ ਨੇ, ਔਰ ਮੈਂ ਉਹਨਾਂ ਨੂੰ ਕਿਹਾ ਸੀ ਕਿ ਆਹ ਸ੍ਰੀ ਸਾਹਿਬ ਜਿਹੜੇ ਤੁਸੀਂ ਮੈਨੂੰ ਦੇ ਰਹੇ ਹੋ ਔਰ ਪਿਛਲੇ ਵੀ 8-10 ਮਹੀਨਿਆਂ 'ਚ ਜਿਹੜੇ ਸ੍ਰੀ ਸਾਹਿਬ ਮੈਨੂੰ ਇਸ ਹਲਕੇ ਨੇ ਦਿੱਤੇ ਨੇ, ਇਹ ਸਾਰੇ ਮੈਂ ਤੁਹਾਨੂੰ ਵਾਪਸ ਕਰਾਂਗਾ। ਇਹ ਸ੍ਰੀ ਸਾਹਿਬ ਪ੍ਰਤੀਕ ਹੈ, ਧਾਰਮਿਕ ਵੀ ਅਤੇ ਸੱਭਿਆਚਾਰਕ ਵੀ ਇੱਕ ਚਿੰਨ੍ਹ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ 'ਚ ਵੀ ਇਹ ਲਿਖਿਆ ਸੀ ਔਰੰਗਜ਼ੇਬ ਨੂੰ ਕਿ ਜਦੋਂ ਅੱਤ ਆ ਜਾਏ ਕਿਸੇ ਜ਼ੁਲਮ ਦਾ ਤਾਂ ਸ੍ਰੀ ਸਾਹਿਬ ਉਦੋਂ ਤੁਸੀਂ ਚੱਕਣੀ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਬਚਾਉਣ ਵਾਸਤੇ, ਔਰ ਮੈਂ ਇਹੀ ਸ੍ਰੀ ਸਾਹਿਬ ਮੈਂ ਉਹਨਾਂ ਨੂੰ ਕਿਹਾ ਤੁਹਾਨੂੰ ਦੇਵਾਂਗਾ, ਔਰ ਤੁਸੀਂ ਇਹ ਕਿਸੇ ਨਾਲ ਧੱਕਾ ਨਹੀਂ ਕਰਨਾ, ਲੇਕਿਨ ਤੁਸੀਂ ਆਪਣਾ ਬਚਾਅ ਲਈ ਜ਼ਰੂਰ ਸ੍ਰੀ ਸਾਹਿਬ ਜੋ ਸਾਨੂੰ ਦੱਸਿਆ ਗਿਆ ਵਰਤਣੀ ਚਾਹੀਦੀ ਹੈ। ਅਕਾਲ ਤਖ਼ਤ ਜਦੋਂ ਕੋਈ ਹੁਕਮਨਾਮਾ ਕਰੇਗਾ ਉਦੋਂ ਦੇਖਾਂਗੇ। ਸ੍ਰੀ ਸਾਹਿਬ ਤਾਂ ਸਾਰੇ ਅਕਾਲ ਤਖ਼ਤ ਵਾਲੇ ਵੀ ਦਿੰਦੇ ਨੇ ਜਦੋਂ ਕੋਈ ਜਾਂਦਾ, ਇਹ ਹਰੇਕ ਦਾ ਜਿਹਦਾ ਆਪਣਾ ਮਾਣ ਆਦਰ ਕਰਨਾ ਸਤਿਕਾਰ ਕਰਦੇ ਨੇ ਅਤੇ ਲੋਹੀਆਂ ਅਤੇ ਸ੍ਰੀ ਸਾਹਿਬ ਸਾਰੇ ਆਪ ਦਿੰਦੇ ਨੇ, ਔਰ ਇਹਦਾ ਕੋਈ ਦੁਰਵਰਤੋਂ ਤਾਂ ਹੋਇਆ ਹੀ ਨਹੀਂ, ਨਾ ਤਾਂ ਕੋਈ ਸ੍ਰੀ ਸਾਹਿਬ ਕਿਸੇ ਨੂੰ ਦਿੱਤੀ ਗਈ ਹੈ, ਨਾ ਹੀ ਕੋਈ ਸ੍ਰੀ ਸਾਹਿਬ ਵਰਤੋਂ ਗਈ ਹੈ। ਇਹ ਤਾਂ ਇੱਕ ਸਟੇਜ 'ਤੇ ਮੈਨੂੰ ਸ੍ਰੀ ਸਾਹਿਬ ਲੋਕਾਂ ਨੇ ਦਿੱਤੀਆਂ ਸੀ, ਔਰ ਮੈਂ ਉਹਨਾਂ ਨੂੰ ਕਿਹਾ ਮੈਂ ਇਹੀ ਤੁਹਾਨੂੰ ਵਾਪਸ ਕਰਾਂ। ਦੱਸ ਦਈਏ ਕਿ ਪਿਛਲੇ ਦਿਨੀ ਵਾਇਰਲ ਹੋਏ ਹੈਰੀਮਾਨ ਦੇ ਵਿਵਾਦਿਤ ਬਿਆਨ ਤੋਂ ਬਾਅਦ ਉਹਨਾਂ ਨੇ ਮੀਡੀਆ ਅੱਗੇ ਆਪਣਾ ਪੱਖ ਪੇਸ਼ ਕੀਤਾ। ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਕੂ ਦੀ ਰਿਪੋਰਟ।